ਮੁੱਖ ਮੰਤਰੀ ਦੂਜੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਨ ਗਿਆ ਔਰ ਬਾਹਰ ਆਉਂਦਿਆਂ ਉਹਨਾਂ ਨੇ ਵੱਡਾ ਇਲਜ਼ਾਮ ਲਾਤਾ, ਸਵਾਲ ਚੁੱਕਤਾ। ਉਹ ਕਹਿੰਦੇ ਸਾਡੀ ਮੁਲਾਕਾਤ ਇੱਦਾਂ ਕਰਵਾਈ ਗਈ ਜਿਵੇਂ ਦੋ ਅੱਤਵਾਦੀਆਂ ਦੀ ਮੁਲਾਕਾਤ ਹੁੰਦੀ ਹੈ। ਨਿਰਪਿੰਦਰ ਜੀ, ਮੁਲਾਕਾਤ ਕਰਨ ਸ਼ੀਸ਼ ਮਹਿਲ ਗਏ ਸੀ, ਕਿਤੇ ਹੋਰ ਗਏ ਸੀਗੇ, ਤਿਆੜ ਜੇਲ ਗਏ ਸੀ। ਗੈਂਗਸਟਰਾਂ ਦਾ ਹੁਣ ਜਿਵੇਂ ਤੁਸੀਂ ਇੰਟਰਵਿਊ ਲਈ ਜਾਂਦੇ ਹੋ, ਇੱਕ ਬੜੇ ਫੇਮਸ ਪੱਤਰਕਾਰ ਜਾ ਕੇ ਗੈਂਗਸਟਰ ਦੀ ਇੰਟਰਵਿਊ ਬਠਿੰਡੇ ਜੇਲ੍ਹ ਵੀ ਕਰਕੇ ਆਏ ਸੀਗੇ, ਸੁਪਰੀਮ ਦੋ ਵਾਰੀ ਕੀਤੀ, ਇੱਕ ਵਾਰੀ ਨਹੀਂ ਦੋ ਵਾਰੀ ਇੰਟਰਵਿਊਆਂ ਕੀਤੀਆਂ, ਅੰਦਰੋਂ ਬੈਠ ਕੇ ਵੀਡੀਓ ਆਪਦੇ ਰਿਲੀਜ਼ ਕਰ ਰਹੇ ਹੈ, ਸਟੇਟਮੈਂਟਸ ਦੇ ਰਹੇ ਹੈ, ਪਾਰਟੀਆਂ ਮਨਾਈਆਂ ਜਾ ਰਹੀਆਂ, ਜਸ਼ਨ ਮਨਾਏ ਜਾ ਰਹੇ ਹੈ, ਭੰਗੜੇ ਪਾਏ ਜਾ ਰਹੇ ਹੈ, ਫਾਇਰ ਕੀਤੇ ਜਾ ਰਹੇ ਜੇਲ੍ਹਾਂ ਦੇ ਅੰਦਰ। ਹਾਈ ਕੋਰਟ ਨੇ ਕਿਹਾ ਵੀ ਕੌਨਸਪਿਰੇਸੀ ਪ੍ਰੋਸੀਡ ਆਫ ਮਨੀ, ਇਹ ਸਾਰੇ 'ਚ ਇਹਨਾਂ ਦਾ ਖੁਦ ਕੇਜਰੀਵਾਲ ਸਾਹਿਬ ਦੀ ਇਨਵੋਲਵਮੈਂਟ ਸੀ। ਉਹਦੇ ਬਾਅਦ ਜੇ ਭਗਵੰਤ ਮਾਨ ਜੀ ਨਹੀਂ ਮੰਨਦੇ ਫਿਰ ਤਾਂ ਕੋਈ ਇਲਾਜ ਹੈ। ਜਿੱਥੇ ਜਿੱਥੇ ਤੁਹਾਡੇ ਜਿਹੜੇ ਕੈਂਡੀਡੇਟ ਨੇ ਜਾਂਦੇ ਨੇ ਉੱਥੇ ਵਿਰੋਧ ਪ੍ਰਦਰਸ਼ਨ, ਹੰਸਰਾਜ ਹੰਸ ਨੂੰ ਲੈ ਕੇ ਤੁਸੀਂ ਦੇਖ ਲਓ ਲਗਾਤਾਰ ਵਿਰੋਧ ਹੋ ਰਿਹਾ। ਦੇਖੋ ਵਿਰੋਧ ਹੋ ਰਿਹਾ ਸਾਹਿਬ, ਪਰ ਇਸ ਮੁੱਦੇ ਦੇ ਉੱਤੇ ਕਿਸਾਨਾਂ ਨਾਲ ਗੱਲਬਾਤ ਕਰਾਂਗੇ। ਸੁਨੀਲ ਜਾਖੜ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਸੁਨੀਲ ਜਾਖੜ ਹੋਣੀ। ਸੁਨੀਲ ਜਾਖੜ ਜੀ, ਲਗਾਤਾਰ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਸਿਆਸਤ, ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਮੁਲਾਕਾਤ ਕਰਕੇ ਆਏ ਨੇ ਤਿਹਾੜ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ, ਇੱਕ ਮੁੱਖ ਮੰਤਰੀ ਦੂਜੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਨ ਗਿਆ ਔਰ ਬਾਹਰ ਆਉਂਦਿਆਂ ਉਹਨਾਂ ਨੇ ਵੱਡਾ ਇਲਜ਼ਾਮ ਲਾਤਾ, ਸਵਾਲ ਚੁੱਕਤਾ। ਉਹ ਕਹਿੰਦੇ ਸਾਡੀ ਮੁਲਾਕਾਤ ਇੱਦਾਂ ਕਰਵਾਈ ਗਈ ਜਿਵੇਂ ਦੋ ਅੱਤਵਾਦੀਆਂ ਦੀ ਮੁਲਾਕਾਤ ਹੁੰਦੀ ਹੈ। ਨਿਰਪਿੰਦਰ ਜੀ, ਮੁਲਾਕਾਤ ਕਰਨ ਸ਼ੀਸ਼ ਮਹਿਲ ਗਏ ਸੀ, ਕਿਤੇ ਹੋਰ ਗਏ ਸੀਗੇ, ਤਿਹਾੜ ਜੇਲ੍ਹ ਗਏ ਸੀਗੇ, ਤੇ ਬੜੇ ਗੰਭੀਰ ਆਰੋਪ ਕੇਜਰੀਵਾਲ ਸਾਹਿਬ ਤੇ ਲੱਗੇ ਹੈ। ਸੁਪਰੀਮ ਕੋਰਟ ਨੇ ਐਸਟੈਬਲਿਸ਼ ਕੀਤਾ ਸੀ ਦੈਟ ਇਜ਼ ਅ ਮਨੀ ਟ੍ਰੇਲ, ਅੱਜ ਵੈਸੇ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ, ਕਿੰਨੇ ਕੁ ਦਿਨਾਂ ਜੇ ਅੰਦਰ ਹੋਰ ਰਹਿਣਾ ਪਊਗਾ, ਪਰ ਬੜੇ ਗੰਭੀਰ ਆਰੋਪ ਲੱਗੇ ਹੈ ਤੇ ਉਹਦੇ ਬਾਵਜੂਦ ਬਜਟ ਦਾ ਕਹਿੰਦਾ ਮੈਂ ਨਾ ਮਾਨੂੰ। ਹਰੇਕ ਚੀਜ਼ ਦੀ ਦੇਰ ਇਜ਼ ਅ ਸਰਟਨ ਸੈਂਸ ਆਫ ਡਿਗਨਿਟੀ। ਮੈਂ ਸਮਝਦਾ ਵੀ ਉਧਰ ਸੁਰੇਨ ਸਾਹਿਬ ਨੇ ਇੱਕ ਬਹੁਤ ਹੀ ਐਟਲੀਸਟ ਜੋ ਸੀਗੇ ਤਾਂ ਉਹ ਵੀ ਇਹਨਾਂ ਕੰਮਾਂ 'ਚ ਉਲਝੇ ਹੋਏ ਸੀਗੇ ਜਦੋਂ ਉਹਨਾਂ ਨੂੰ ਈਡੀ ਨੇ ਗ੍ਰਿਫਤਾਰ ਕੀਤਾ, ਬਟ ਉਹਨਾਂ ਨੇ ਆਪਣੇ ਪੋਸਟ ਦੀ ਡਿਗਨਿਟੀ ਨੂੰ ਰੱਖਦੇ ਹੋਏ ਪਹਿਲਾਂ ਵੀ ਮੈਨੂੰ ਗਵਰਨਰ ਹਾਊਸ ਲੈ ਚੱਲੋ, ਮੈਂ ਅਸਤੀਫਾ ਦੇ ਕੇ ਉਹਦੇ ਬਾਅਦ ਮੇਰੀ ਗ੍ਰਿਫਤਾਰੀ ਪਾ ਲਿਓ। ਇਹ ਤਾਂ ਕਹਿੰਦੇ ਮੈਂ ਨਾ ਮਾਨੂੰ, ਮੈਂ ਤਾਂ ਨਹੀਂ ਛੱਡਦਾ, ਪਰ ਇੱਕ ਪਾਸੇ ਕੱਲ੍ਹ ਅਸੀਂ ਬਾਬਾ ਸਾਹਿਬ ਅੰਬੇਦਕਰ ਦੀ ਜਯੰਤੀ ਮਨਾ ਕੇ ਹਟੇ ਹਾਂ। ਇਹ ਤਾਂ ਮੈਂ ਸਮਝਦਾ ਬਾਬਾ ਸਾਹਿਬ ਦੇ ਸੰਵਿਧਾਨ ਦਾ ਅਪਮਾਨ ਹੈ। ਪਰ ਆਮ ਆਦਮੀ ਪਾਰਟੀ ਤਾਂ ਕਹਿੰਦੀ ਹੈ ਕਿ ਕੋਈ ਕਸੂਰ ਹੀ ਨਹੀਂ, ਉਹ ਕਹਿੰਦੇ ਨੇ ਕਿ ਸਰ ਪੋਲਿਟਿਕਸ ਦੇ ਚੱਲਦਿਆਂ ਦੇਸ਼ ਭਰ ਦੇ ਵਿੱਚ ਪ੍ਰਭਾਵ, ਕਿਉਂਕਿ ਅਰਵਿੰਦ ਕੇਜਰੀਵਾਲ ਦਾ ਕਹਿੰਦੇ ਇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪ੍ਰਭਾਵ ਕਰਕੇ ਨਹੀਂ ਸਾਹਿਬ, ਜਿਹੜਾ ਪੈਸਾ ਕਰਕੇ, ਜਿਹੜਾ ਖੋਹਾਂ ਜਿਹੜੀਆਂ ਚੱਲ ਰਹੀਆਂ, ਜਿਹੜੇ ਲੁੱਟ ਮਚੀ ਹੈ, ਲੋਕਤੰਤਰ ਇਜਾਜ਼ਤ ਨਹੀਂ ਦਿੰਦਾ ਸਾਹਿਬ, ਲੁੱਟ ਕਰਨ ਦਾ ਲਾਇਸੈਂਸ ਹੈ ਨਹੀਂ ਲੋਕਤੰਤਰ ਇਸਤੇਮਾਲ ਕਰਕੇ, ਤੁਸੀਂ ਲੋਕਾਂ ਨੇ ਵੋਟਾਂ ਪਾਤੀਆਂ ਤੁਹਾਡੇ ਕੋਲ ਵੀ ਲੁੱਟੀ ਜਾਓ ਜੋ ਕਰੀ ਜਾਓ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸੁਪਰੀਮ ਕੋਰਟ 'ਚ ਸਾਰਾ ਕੁਝ ਦੋ ਵਾਰੀ ਹਾਈ ਕੋਰਟ ਨੇ ਰਿਜੈਕਟ ਕਰਤਾ। ਹਾਈ ਕੋਰਟ ਦੀ ਜਜਮੈਂਟ ਦੇਖੋ ਸਾਹਿਬ, ਸੁਨੀਲ ਕੀ ਕਹਿ ਰਿਹਾ, ਹੋ ਸਕਦਾ ਮੇਰੇ ਰਾਜਨੀਤਿਕ ਦੁਸ਼ ਹੋ ਸਕਦਾ ਮੈਂ ਕਹਿ ਦਿਆਂ ਨਹੀਂ ਸਾਹਿਬ, ਪਰ ਹਾਈ ਕੋਰਟ ਨੇ ਕਿਹਾ ਵੀ ਕੌਨਸਪਿਰੇਸੀ ਪ੍ਰੋਸੀਡ ਆਫ ਮਨੀ, ਇਹ ਸਾਰੇ 'ਚ ਇਹਨਾਂ ਦਾ ਖੁਦ ਕੇਜਰੀਵਾਲ ਸਾਹਿਬ ਦੀ ਇਨਵੋਲਵਮੈਂਟ ਸੀਗੀ। ਉਹਦੇ ਬਾਅਦ ਜੇ ਭਗਵੰਤ ਮਾਨ ਜੀ ਨਹੀਂ ਮੰਨਦੇ ਫਿਰ ਤਾਂ ਕੋਈ ਇਲਾਜ ਹੈ ਵੀ ਪੰਜਾਬ ਵਾਲਾ ਕੇਸ ਵੀ ਇੱਥੇ ਉਹੀ ਜਿਹੜੀ ਦਿੱਲੀ ਲਿਕੁਰ ਪੋਲਿਸੀ ਪੰਜਾਬ ਦੇ ਪ੍ਰਭਾਵ ਹੈ, ਚਾਹੇ ਅਜੇ ਚੀਮਾ ਸਾਹਿਬ ਨੂੰ ਬੁਲਾਇਆ ਤਾਂ ਨਹੀਂ ਪਰ ਮੰਨ ਲਾ ਚੀਮਾ ਸਾਹਿਬ ਵੀ ਜਾਣਗੇ, ਐਕਸਾਈਜ਼ ਮਿਨਿਸਟਰ ਤੇ ਨਾਲ ਜਿਹੜੇ ਅਫਸਰ ਸਾਹਿਬਾਨ ਐਵੇਂ ਮਾਤੜ ਰਗੜੇ ਗਏ, ਕਹਿੰਦਾ ਮਾਲ ਖਾਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ, ਉਹਨਾਂ ਨੂੰ ਬੁਲਾ ਲਿਆ ਤੇ ਬੁਲਾਉਣ ਵਾਲਿਆਂ ਨੂੰ ਅਜੇ ਬੁਲਾਇਆ ਨਹੀਂ। ਪਰ ਉਸ ਕੇਸ ਦੇ ਅੰਦਰ ਪ੍ਰੋਡਕਸ਼ਨ ਵਾਰੰਟ ਹੁੰਦਾ ਸਭ, ਜਿਹੜੇ ਕਿਸੇ ਹੋਰ ਸੂਬੇ 'ਚ ਕੋਈ ਅਪਰਾਧੀ ਹੋਏ ਜਾਂ ਕੋਈ ਮੁਲਜ਼ਮ ਹੋਏ ਤਾਂ ਉਹ ਇੱਥੇ ਲਿਆ ਕੇ ਆ ਸਕਦੇ ਹੈ। ਉਸੇ ਤਰ੍ਹਾਂ ਇੱਕ ਕੇਸ 'ਚ ਇਹਨਾਂ ਨੂੰ ਕੇਜਰੀਵਾਲ ਸਾਹਿਬ ਨੂੰ ਇੱਥੇ ਲਿਆਉਣ, ਮਰਜ਼ੀ ਆ ਉਹ ਕਿੰਨੀ ਮੁਲਾਕਾਤਾਂ ਕਰਨ, ਖੁੱਲ੍ਹੀ ਮੁਲਾਕਾਤਾਂ, ਇੱਥੇ ਤਾਂ ਗੈਂਗਸਟਰਾਂ ਦੀ ਮੁਲਾਕਾਤਾਂ ਹੁੰਦੀਆਂ,
ਗੈਂਗਸਟਰਾਂ ਦਾ ਹੁਣ ਜਿਵੇਂ ਤੁਸੀਂ ਇੰਟਰਵਿਊ ਲਈ ਜਾਂਦੇ ਹੋ ਇੱਕ ਬੜੇ ਫੇਮਸ ਪੱਤਰਕਾਰ ਜਾ ਕੇ ਗੈਂਗਸਟਰ ਦੀ ਇੰਟਰਵਿਊ ਬਠਿੰਡੇ ਜੇਲ੍ਹ ਵੀ ਕਰਕੇ ਆਏ ਸੀਗੇ ਸੁਪਰੀਮ ਦੋ ਵਾਰੀ ਕੀਤੀ, ਇੱਕ ਵਾਰੀ ਨਹੀਂ ਦੋ ਵਾਰ ਇੰਟਰਵਿਊਆਂ ਕੀਤੀਆਂ, ਅੰਦਰੋਂ ਬੈਠ ਕੇ ਵੀਡੀਓ ਆਪਦੇ ਰਿਲੀਜ਼ ਕਰ ਰਹੇ ਹੈ, ਸਟੇਟਮੈਂਟਸ ਦੇ ਰਹੇ ਹੈ, ਪਾਰਟੀਆਂ ਮਨਾਈਆਂ ਜਾ ਰਹੀਆਂ, ਜਸ਼ਨ ਮਨਾਏ ਜਾ ਰਹੇ ਹੈ, ਭੰਗੜੇ ਪਾਏ ਜਾ ਰਹੇ ਹੈ, ਫਾਇਰ ਕੀਤੇ ਜਾ ਰਹੇ ਜੇਲ੍ਹਾਂ ਦੇ ਅੰਦਰ। ਕੇਜਰੀਵਾਲ ਸਾਹਿਬ ਨੇ ਤਾਂ ਫਾਈਲਾਂ ਹੀ ਕੱਢਣੀਆਂ, ਫਾਈਲਾਂ ਵੀ ਕੱਢਦੇ ਰਹਿਣਗੇ ਅਤੇ ਭਗਵੰਤ ਮਾਨ ਜੀ ਵੀ ਮਿਲ ਲੈਣਗੇ। ਇੱਥੇ ਤਾਂ ਪਹਿਲਾਂ ਕਹਿੰਦੇ ਕਿ ਉਹਨਾਂ ਦੇ ਤਾਂ ਪਰਿਵਾਰ ਵੀ ਆ ਕੇ ਜੇਲ੍ਹਾਂ 'ਚ ਨਾਲ ਰਹਿੰਦੇ ਰਹੇ ਅਤੇ ਸਾਰਾ ਇੱਥੇ ਕੰਮ ਕਿ ਰੋਪੜ ਲੈਣ ਨੇੜੇ ਦੇ ਨੇੜੇ ਆ। ਜਦੋਂ ਤੁਸੀਂ ਪਰਿਵਾਰਾਂ ਦੀ ਗੱਲ ਕਰਦੇ ਹੋ ਜਾਖੜ ਸਾਹਿਬ, ਉਦੋਂ ਤਾਂ ਤੁਸੀਂ ਉੱਧਰ ਹੀ ਸੀਗੇ। ਚਲੋ ਜੋ ਕੁਛ ਵੀ ਹੈ ਸਭ, ਉਹ ਤਾਂ ਫਿਰ ਉਹਨਾਂ ਨੇ ਕੀਤਾ ਤਾਂ ਕੁਛ ਨਹੀਂ, ਜਿਹੜੇ ਕਹਿੰਦੇ ਸੀ ਵੀ ਮੈਂ ਕੇਸ ਸਾਰਾ ਉਹ ਤਾਂ 40 ਲੱਖ ਰੁਪਏ ਹੋਰ ਲਵਾਤੇ ਮੇਰੇ ਖਿਆਲ ਜਾ ਕੇ ਜਿਹੜੇ ਵਕੀਲਾਂ ਨੂੰ ਲੈ ਕੇ ਸੁਪਰੀਮ ਕੋਰਟ 'ਚ ਗਏ ਸੀਗੇ। ਇੱਧਰ ਚਾਹੇ ਆਮ ਆਦਮੀ ਪਾਰਟੀ ਸਰਕਾਰ ਆ ਜਾਂ ਲੀਡਰ ਨੇ, ਉਹ ਸਵਾਲ ਚੁੱਕਦੇ ਨੇ, ਕੇਂਦਰ ਸਰਕਾਰ ਤੇ ਸਵਾਲ ਚੁੱਕਦੇ ਨੇ, ਪਰ ਦੂਜੇ ਪਾਸੇ ਬੀਜੇਪੀ ਨੂੰ ਪੰਜਾਬ ਦੇ ਵਿੱਚ ਕਿਸਾਨਾਂ ਦਾ ਵੀ ਬੜਾ ਵਿਰੋਧ ਝੱਲਣਾ ਪੈ ਰਿਹਾ। ਜਿੱਥੇ ਜਿੱਥੇ ਤੁਹਾਡੇ ਜਿਹੜੇ ਕੈਂਡੀਡੇਟ ਨੇ ਜਾਂਦੇ ਨੇ ਉੱਥੇ ਵਿਰੋਧ ਪ੍ਰਦਰਸ਼ਨ, ਹੰਸਰਾਜ ਹੰਸ ਨੂੰ ਲੈ ਕੇ ਤੁਸੀਂ ਦੇਖ ਲਓ ਲਗਾਤਾਰ ਵਿਰੋਧ ਹੋ ਰਿਹਾ। ਦੇਖੋ ਵਿਰੋਧ ਹੋ ਰਿਹਾ ਸਾਹਿਬ, ਪਰ ਇਸ ਮੁੱਦੇ ਦੇ ਉੱਤੇ ਕਿਸਾਨਾਂ ਨਾਲ ਗੱਲਬਾਤ ਕਰਾਂਗੇ। ਵਿਰੋਧ ਜਿਹੜਾ ਕਿਸਾਨਾਂ ਦਾ ਗੁੱਸਾ, ਕਿਉਂਕਿ ਕਿਸਾਨੀ ਅੱਜ ਪੂਰੇ ਪੰਜਾਬ ਜਾਂ ਇਕੱਲੇ ਹਿੰਦੁਸਤਾਨ 'ਚ ਨਹੀਂ, ਪੂਰੀ ਦੁਨੀਆ 'ਚ ਕਿਸਾਨ ਜਿਹੜਾ ਅੱਜ ਪਰੇਸ਼ਾਨ ਹੈ। ਤੁਸੀਂ ਦੇਖਿਆ ਯੂਰਪ ਦੇ ਅੰਦਰ, ਦੇਖਿਆ ਹੋਰ ਹਰੇਕ ਥਾਂ ਤੁਸੀਂ ਦੇਖਿਆ ਵੀ ਕਿਸਾਨ ਸੜਕਾਂ 'ਤੇ ਉਤਰਿਆ ਫਿਰਦਾ। ਕਿਸਾਨ ਦੀ ਸਮੱਸਿਆਵਾਂ ਹੈ, ਬਿਲਕੁਲ ਹੈ, ਉਸ ਤੋਂ ਕੋਈ ਇਨਕਾਰ ਨਹੀਂ ਕਰਦਾ, ਪਰ ਮੈਂ ਸਮਝਦਾ, ਮੈਂ ਪਹਿਲਾਂ ਵੀ ਜਿਹੜੀ ਗੱਲਾਂ ਕਹਿ ਕੇ ਹਟਿਆ ਵੀ ਤੁਸੀਂ ਦੱਸੋ ਤਾਂ ਸਹੀ, ਜਿਹੜਾ ਤੁਸੀਂ ਇਲਾਜ ਕਰੀਏ ਜਾਂਦੇ ਹੋ ਜਾਂ ਜਿਹੜਾ ਇਲਾਜ ਸੁਝਾ ਰਹੇ ਹੋ, ਉਹ ਇਲਾਜ ਹੈ ਨਹੀਂ ਸਭ, ਕਿਸੇ ਵੀ ਬਿਮਾਰੀ ਦਾ ਪਹਿਲਾਂ ਉਹਦੀ ਜੜ੍ਹ 'ਤੇ ਜਾਣਾ ਪਊਗਾ। ਤੁਸੀਂ ਆਪ ਹਮੇਸ਼ਾ ਕਹਿੰਦੇ ਹੋ ਤੁਸੀਂ ਆਪ ਵੀ ਕਿਸਾਨ ਹੋ, ਸਭ ਜਾਣਦੇ ਨੇ, ਤੁਸੀਂ ਇੱਕ ਵੱਡੇ ਕਿਸਾਨ ਹੋ, ਤਾਂ ਇਸ ਮਸਲੇ ਦਾ ਹੱਲ ਕੀ ਹੋ ਸਕਦਾ ਜਾਖੜ ਸਾਹਿਬ? ਕਿਉਂਕਿ ਕਿਸਾਨ ਕਹਿੰਦਾ ਕਿ ਅਸੀਂ ਤਾਂ MSP ਤਾਂ ਆਲਰੇਡੀ ਸਰਕਾਰ ਦੇ ਰਹੀ ਹੈ, ਅਸੀਂ MSP ਗਰੰਟੀ ਕਾਨੂੰਨ ਮੰਗਦੇ ਹਾਂ। ਤੁਹਾਨੂੰ ਨਹੀਂ ਮਿਲ ਰਹੀ ਹੋਵੇ ਫਿਰ ਤਾਂ ਗਰੰਟੀ ਦਾ ਕਾਨੂੰਨ ਮੰਗੋ ਸਾਹਿਬ, ਤੁਸੀਂ ਕਿੰਨੀ ਤੁਸੀਂ ਮੰਗੋਗੇ? ਅੱਜ ਗੱਲਾਂ ਬਹੁਤ ਸਾਰੀਆਂ ਕਰਨ ਵਾਲੀ ਸਾਹਿਬ, ਬੜਾ ਸੀਰੀਅਸ ਇਸ਼ੂ ਹੈ। ਇੱਕ ਮਿੰਟ 'ਚ ਇਹਦਾ ਨਾ ਹੀ ਤਾਂ ਸੁਨੀਲ ਕੌਰ ਕੋਈ ਇਹੋ ਜਿਹਾ ਕੋਈ ਸੁਨੀਲ ਜਾਖੜ ਕੋਲ ਕੋਈ ਇਹੋ ਜਿਹਾ ਕੋਈ ਨੁਸਖਾ ਵੀ ਜਿਹੜਾ ਦੇ ਦੇਵੇ ਇੱਕ ਮਿੰਟ 'ਚ ਸੁਧਰ ਜੂਗਾ ਸਾਹਿਬ। ਮੈਨੂੰ ਆਪਣੀ ਲਿਮਿਟੇਸ਼ਨ ਦਾ ਪਤਾ, ਮੈਂ ਕਿਸਾਨ ਹਾਂ, ਪਰ ਕਿਸਾਨੀ ਦਾ ਜਿਹੜਾ ਮੁੱਦਾ ਹੈ ਦੇਸ਼ ਵਿਆਪੀ ਇੱਕ ਇੰਟਰਨੈਸ਼ਨਲ ਮੁੱਦਾ ਹੈ ਸਾਹਿਬ, ਉਹਦੇ ਨਾਲ ਕੋਈ ਇੱਕ ਬੰਦਾ ਬੈਠ ਕੇ ਇਹਦਾ ਹੱਲ ਨਹੀਂ ਕਰ ਸਕਦਾ। ਇਹਦੇ ਵਿੱਚ ਇਕਨੋਮਿਕਸ ਵੀ ਇਨਵੋਲਵ ਹੋਊਗੀ, ਦੇਸ਼ ਦਾ ਸੋਸ਼ਲ ਫਾਈਬਰ ਵੀ, ਦੇਸ਼ ਦੀ ਫੂਡ ਸਿਕਿਉਰਿਟੀ, ਹਰੇਕ ਪੱਖੋਂ ਇਹਨੂੰ ਦੇਖ ਕੇ ਆਪਣੇ ਲੌਂਗ ਟਰਮ ਇਹਦਾ ਵਿਜ਼ਨ ਬਣਾ ਕੇ ਕਰਨਾ ਪਊਗਾ। ਜਿਹੜੀ ਗੱਲ ਉਦੋਂ ਵੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਵੀ ਇਹਨਾਂ ਨਾਲ ਬੈਠ ਕੇ ਇੱਕ ਕਮੇਟੀ ਬਣਾ ਕੇ ਸਾਰੇ ਮਸਲੇ ਦਾ ਲੌਂਗ ਟਰਮ ਇਹਦੇ ਕਿਸ ਤਰ੍ਹਾਂ ਕਿਸਾਨ ਨੂੰ ਆਪਣੀ ਹਾਲਾਤ ਸੁਧਾਰੀ ਜਾ ਸਕਦੀ, ਉਹਦੇ 'ਤੇ ਗੱਲ ਕਰਾਂਗੇ। ਪਰ ਇਹਦਾ ਤਾਂ ਕਰਾਂਗੇ ਸਭ, ਇਹਦਾ ਮਸਲੇ ਦਾ ਵੀ ਵਿਲ ਟੇਕ ਅਪ ਦਿਸ ਇਸ਼ੂ, ਕਿਸਾਨਾਂ ਨਾਲ ਸੰਵਾਦ ਕਰਾਂਗੇ ਅਸੀਂ। ਡਾਕਟਰ ਸਾਹਿਬ, ਕਿਉਂਕਿ ਹੁਣ ਸਾਰਿਆਂ ਦੀ ਨਜ਼ਰ ਉਮੀਦਵਾਰਾਂ ਵਾਲੇ ਪਾਸੇ ਹੈ, ਅਤੇ ਤੁਹਾਡੇ ਨਾਲ ਇੱਕ ਸਾਥੀ ਹੋਇਆ ਕਰਦੇ ਸੀਗੇ, ਤੁਹਾਡੇ ਨਾਲ ਗੱਠਜੋੜ ਕੀਤਾ ਸੀ, ਪਹਿਲਾਂ ਅਕਾਲੀ ਦਲ ਦੇ ਸੀ, ਪਰ ਤੁਹਾਡੇ ਨਾਲ ਗੱਠਜੋੜ ਜਾ ਕੇ ਉਹਨਾਂ ਨੇ ਕੀਤਾ ਆਪਦੀ ਪਾਰਟੀ ਬਣਾ ਕੇ ਢੀਂਡਸਾ ਸਾਹਿਬ ਹੋਣੀ, ਪਰ ਘਰ ਵਾਪਸੀ ਹੋ ਗਈ ਸੀ ਅਕਾਲੀ ਦਲ ਦੇ ਵਿੱਚ, ਉਹ ਫਿਰ ਨਾਰਾਜ਼ ਹੋ ਗਏ ਜੀ, ਟਿਕਟ ਕਹਿੰਦੇ ਅਕਾਲੀ ਦਲ ਨੇ ਪਰਮਿੰਦਰ ਢੀਂਡਸਾ ਹੋਰਾਂ ਨੂੰ ਨਹੀਂ ਦਿੱਤਾ। ਟਿਕਟ ਦੇਣਾ ਨਾ ਦੇਣਾ ਨਿਰਪਿੰਦਰ ਜੀ, ਪਾਰਟੀ ਦਾ ਸੁਖਬੀਰ ਜੀ ਦਾ ਆਪਣਾ ਪ੍ਰੈਰੋਗੇਟਿਵ ਹੋਣਾ ਹੈ, ਪਰ ਮੈਂ ਸਮਝਦਾ ਇੱਕ ਪੰਜਾਬੀਅਤ ਦੀ ਪਛਾਣ ਹੈ, ਇੱਜ਼ਤ ਜ਼ਰੂਰ ਦੇਣੀ ਬਣਦੀ ਸੀ ਸਰ। ਜਿਸ ਤਰੀਕੇ ਨਾਲ ਡਿਨਾਈ ਕੀਤਾ ਗਿਆ ਨਾ ਵੀ ਉਹਨਾਂ ਨੂੰ ਪੁੱਛਿਆ ਨਹੀਂ ਗਿਆ, ਉਹ ਸਾਰਿਆਂ ਨੂੰ ਚੁਭਦਾ। ਟਿਕਟ ਦਿੱਤੀ ਹੈ ਉਹਨਾਂ ਨੇ, ਮੰਗੀ ਸੀ ਨਹੀਂ ਮੰਗੀ ਸੀ, ਬਟ ਜਿਸ ਤਰੀਕੇ ਨਾਲ ਆ ਫੈਸਲਾ ਲਿਆ ਗਿਆ ਅਤੇ ਉਹਨਾਂ ਨੂੰ ਮੈਂ ਸਮਝਦਾ ਉਹ ਸ਼ੋਭਾ ਨਹੀਂ ਦਿੰਦਾ। ਬਾਦਲ ਸਾਹਿਬ ਦੇ ਕਦੇ ਵੀ ਇਸ ਤਰ੍ਹਾਂ ਦਾ ਨਹੀਂ ਸੀ ਹੋਣਾ, ਹੋ ਸਕਦਾ ਵਿਰੋਧ ਉਹਨਾਂ ਦੇ ਵੀ ਆਪਸ 'ਚ ਰਹੇ ਹੋਣ, ਫਰਕ ਰਿਹਾ ਹੋਵੇ ਗੱਲਬਾਤ ਦਾ, ਪਰ ਇਸ ਤਰ੍ਹਾਂ ਕਿਸੇ ਦੀ ਇੱਜ਼ਤ ਕਰਨ ਦਾ ਘੱਟੋ ਘੱਟ ਸੁਖਬੀਰ ਜੀ ਦਾ ਫਰਜ਼ ਬਣਦਾ ਸੀ। ਬੀਜੇਪੀ ਦਾ ਉਮੀਦਵਾਰ ਵੀ ਹਲੇ ਸੰਗਰੂਰ ਦੇ ਵਿੱਚ ਨਹੀਂ ਐਲਾਨ ਕੀਤਾ ਗਿਆ, ਦੁਬਾਰਾ ਕੋਈ ਗੱਲਬਾਤ ਢੀਂਡਸਾ ਸਾਹਿਬ ਨਾਲ ਤਾਂ ਨਹੀਂ ਚੱਲ ਰਹੀ? ਨਹੀਂ, ਸਭ ਢੀਂਡਸਾ ਸਾਹਿਬ ਬੜਾ ਸੋਚ ਸਮਝ ਕੇ ਆਪਣੀ ਪਾਰਟੀ 'ਚ ਗਏ ਸੀ, ਉਹਨਾਂ ਦੇ ਫੈਸਲੇ ਦਾ ਅਸੀਂ ਸਤਿਕਾਰ ਕਰਦੇ ਹਾਂ, ਪਰ ਜਿਹੜੀ ਗੱਲ ਸਾਰਿਆਂ ਨੂੰ ਚੁਭਦੀ ਹੈ ਉਹ ਮੇਰੇ ਖਿਆਲ ਹਰੇਕ ਬੰਦਾ ਮਹਿਸੂਸ ਕਰਦਾ ਵੀ ਢੀਂਡਸਾ ਸਾਹਿਬ ਡਿਜ਼ਰਵਡ ਬੈਟਰ
respect and a better dealing in the way he has been dealt with. ਤੁਹਾਡੇ ਸਾਬਕਾ ਸਾਥੀ ਰਹੇ ਨੇ ਚਰਨਜੀਤ ਸਿੰਘ ਚੰਨੀ ਹੋਣੀ, ਸਾਬਕਾ ਮੁੱਖ ਮੰਤਰੀ, ਜਲੰਧਰ ਦੇ ਮੈਦਾਨ ਦੇ ਵਿੱਚ ਉਹਨਾਂ ਨੂੰ ਉਤਾਰ ਦਿੱਤਾ ਗਿਆ, ਬੜੇ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਪਹਿਲਾਂ ਹੀ ਕਹਿੰਦੇ ਆ ਕਿ ਕੋਠੀ ਦੇਖਣ ਲੱਗ ਗਏ ਸੀ ਉੱਥੇ, ਔਰ ਉਹ ਕਹਿੰਦੇ ਨੇ ਕਿ ਮੈਂ ਸੁਦਾਮਾ ਬਣ ਕੇ ਆ ਰਿਹਾ ਉੱਥੇ। ਦੇਖੋ ਹਰੇਕ ਬੰਦਾ ਭਗਵਾਨ ਦਾ ਨਾਮ ਕੜੀਸ ਕੇ ਵਿਚਾਲੇ ਲੈ ਜਾਂਦੇ ਆ। ਸੁਦਾਮਾ ਦੇ ਕੋਲ ਤਾਂ ਸੱਤੂ ਲੈ ਕੇ ਗਏ ਸੀਗੇ ਸੁਦਾਮਾ ਤਾਂ। ਇੱਥੇ ਪਤਾ ਨਹੀਂ ਗਰੀਬੀ ਦੀ ਡੈਫੀਨੇਸ਼ਨ ਕੀ ਹੈ, ਕਿੰਨੇ ਕੁ ਗਰੀਬ ਹੈ, ਕਿਹੜੇ ਸੁਦਾਮਾ ਹੈ, ਕਿੱਥੇ ਗਏ ਹੈ। ਤੁਸੀਂ ਦੇਖੋ ਵੀ ਘਰਾਂ ਦੇ ਅੰਦਰ ਰੁਪਈਏ ਰੱਖਣ ਨੂੰ ਤਾਂ ਥਾਂ ਹੈ ਨਹੀਂ, ਇੰਨਾ ਇੰਨਾ ਤਾਂ ਮਾਲ 10-10 ਕਰੋੜ ਰੁਪਈਏ ਪਕੜੇ ਗਏ ਸੀਗੇ ਬਿਸਤਰ ਦੇ ਹੇਠਾਂ। ਉਹ ਤਾਂ ਕਹਿੰਦੇ ਮੈਂ ਇੱਕ ਗਰੀਬ ਪਰਿਵਾਰ ਚੋਂ ਉੱਠਿਆ। ਬਿਲਕੁਲ ਉਹ ਗਰੀਬੀ ਦੀ ਪਰਿਭਾਸ਼ਾ ਬਦਲ ਗਈ ਨਾ ਸਾਹਿਬ। ਗਰੀਬ ਪਰਿਵਾਰ ਨੇ ਜਾ ਕੇ ਬਹੁਤ ਵੱਡਾ ਉੱਥੇ ਮਹਿਲ ਲਿਆ ਕਿਰਾਏ ਤੇ, ਗਰੀਬ ਨੇ ਹੋਰ 2-4 ਕੋਠੀਆਂ ਨਾਲ ਲਈਆਂ, ਨਾਲ ਜਿਹੜਾ ਐਂਟੂਰਾਜ ਜਾਊਗਾ, ਜਿਹੜੇ ਉੱਥੇ ਚੇਲੇ ਚਾਂਟੇ ਜਾਣੇ ਆ ਉਹਨਾਂ ਨੇ ਉੱਥੇ ਰਹਿਣਾ, ਸਾਰਾ ਕਰਨਗੇ ਤਾਂ ਲੋਕ ਦੇਖਣਗੇ ਸਭ। ਗਰੀਬੀ ਨੂੰ ਬਦਨਾਮ ਨਾ ਕਰੋ ਹੋਰ ਗਰੀਬਾਂ ਦੇ ਉੱਤੇ, ਫਿਰ ਬਾਅਦ ਚ ਜਿਹੜਾ ਪੰਜਾਬ ਦਾ ਕੋਈ ਗਰੀਬ BPL ਕਾਰਡ ਵਾਸਤੇ ਕੋਸ਼ਿਸ਼ ਕਰੂ, ਉਹ ਕਹਿਣਗੇ ਪੰਜਾਬ ਦੇ ਗਰੀਬ ਤਾਂ ਅਜੇ ਜਿਹੜੇ ਇਹਦੇ ਘਰੇ 10-10 ਕਰੋੜ ਰੁਪਏ ਤਾਂ ਰੁਲਦੇ ਫਿਰਦੇ, ਪਤਾ ਹੀ ਨਹੀਂ ਕਿਹੜੇ ਖਾਤੇ ਚ ਪੈਂਦੇ ਆ। ਤਕਦਮ ਇੱਕ ਚੀਜ਼ ਹੋਰ ਬੜੀ ਜਲੰਧਰ ਸੀਟ ਨੂੰ ਲੈ, ਖਾਸ ਕਰਕੇ ਆਮ ਆਦਮੀ ਪਾਰਟੀ ਨੇ ਪਿਛਲੀਆਂ ਚੋਣਾਂ ਦੇ ਵਿੱਚ ਜਦੋਂ ਜ਼ਿਮਨੀ ਚੋਣ ਸੀ ਤਾਂ ਕਾਂਗਰਸ ਤੋਂ ਉਮੀਦਵਾਰ ਲਿਆਂਦਾ ਸੀ ਸੁਸ਼ੀਲ ਕੁਮਾਰ ਰਿੰਕੂ, ਉਹ ਤੁਹਾਡੇ ਹੱਲ ਚਲੇ ਗਏ ਜਿੱਤ ਕੇ। ਹੁਣ ਅਕਾਲੀ ਦਲ ਤੋਂ ਲਿਆਂਦਾ ਜੀ ਪਵਨ ਕੁਮਾਰ ਟੀਨੂ ਹੋਣੀ, ਆਮ ਆਦਮੀ ਪਾਰਟੀ ਚ ਆ ਕੇ ਆਮ ਆਦਮੀ ਹੋ ਗਏ ਨੇ, ਆਮ ਹੋ ਗਏ, ਖਾਸ ਹੋ ਗਏ, ਇੱਥੇ ਤਾਂ ਦੇਖੀਏ ਕਿਹੜੇ ਕਦੇ ਕਹਿੰਦੇ ਇਹਨਾਂ ਨੂੰ ਤਿੱਤਲੀ ਕਹਿ ਦਿੰਦੇ, ਕਦੇ ਇਹਨਾਂ ਨੂੰ ਪ੍ਰਿੰਟ ਕਹਿ ਦਿੰਦੇ ਆ, ਭਗਵੰਤ ਮਾਨ ਜੀ ਪਤਾ ਨਹੀਂ, ਮੈਨੂੰ ਆਹੀ ਸਮਝ ਨਹੀਂ ਆਈ। ਪਰ ਆ ਹੈ ਇੱਕ ਗੱਲ ਜ਼ਾਹਿਰ ਹੋ ਗਈ, ਜਿਹੜੇ ਕਹਿੰਦੇ ਸੀ ਵੀ ਸਾਡਾ ਜਿਹੜਾ ਵਲੰਟੀਅਰ ਹੈ, ਕਾਰਿਆਕਰਤਾ ਨਹੀਂ ਸੀ ਕਹਿੰਦੇ, ਸਾਡੇ ਵਲੰਟੀਅਰ ਹੈ ਉਹ ਹੀ ਪ੍ਰਮੁੱਖ ਹੈ। ਹੁਣ ਵਲੰਟੀਅਰਾਂ ਦੀ ਕੋਈ ਪੁੱਛਦਾ ਨਹੀਂ ਸਾਹਿਬ, ਵਲੰਟੀਅਰ ਤਾਂ ਸਾਰੇ ਰੋਲ ਤੇ ਭਗਵੰਤ ਮਾਨ ਜੀ ਨੇ। ਕਾਂਗਰਸ ਵੀ ਧਰਮਵੀਰ ਗਾਂਧੀ ਹੋਰਾਂ ਨੂੰ ਪਟਿਆਲੇ ਤੋਂ ਟਿਕਟ ਦੇ ਦਿੱਤੀ ਗਈ, ਬੜਾ ਰੋਲਾ ਪਿਆ। ਇਹ ਤਾਂ ਗੱਲ ਹੀ ਛੱਡੋ ਸਾਹਿਬ, ਕਾਂਗਰਸ ਦੀ ਤੁਸੀਂ ਗੱਲ ਛੱਡੋ, ਕਾਂਗਰਸ ਦਾ ਤਾਂ ਮੈਨੂੰ ਪਰਸਨਲ ਇਹਦਾ, ਮੈਂ ਕਿਉਂਕਿ ਦੇਖੋ 50 ਸਾਲ ਰਿਹਾ ਸਾਹਿਬ, ਮੈਂ ਕਿਵੇਂ ਕਹਿ ਰਿਹਾ ਵੀ ਮੇਰੇ ਤੇ ਅਸਰ ਨਹੀਂ ਹੁੰਦਾ ਜਾਂ ਮੈਂ ਇਸ ਗੱਲ ਤੇ ਗੌਰ ਨਹੀਂ ਕਰਦਾ। ਤੁਸੀਂ ਗੱਲ ਕਰਦੇ ਹੋ ਧਰਮਵੀਰ ਗਾਂਧੀ ਜੀ ਦੀ, ਘੱਟੋ ਘੱਟ ਕਾਂਗਰਸ ਦੇ ਸਿੰਬਲ ਤੇ ਤਾਂ ਲੜ ਰਹੇ ਆ, ਤਾਂ ਹੈ ਕਾਂਗਰਸ ਦੀ ਟਿਕਟ ਮਿਲੀ ਹੈ, ਹੱਥ ਦੇ ਨਿਸ਼ਾਨ ਤੇ ਲੜਨਗੇ। ਬਠਿੰਡੇ ਵਾਲੀ ਸੀਟ ਦੇਣ ਲੱਗੇ ਸੀਗੇ, ਚਰਚਾ ਚੱਲੀ ਸੀ ਵੀ ਉਹ ਇੱਕ ਉਹਨਾਂ ਦੇ ਪਿਤਾ ਨੂੰ ਲੈ ਕੇ ਆ ਰਹੇ ਸੀਗੇ, ਕਹਿੰਦੇ ਜੀ ਉਹ ਬਿਨਾਂ ਕਾਂਗਰਸ ਦੇ ਸਿੰਬਲ ਦੇ ਲੜ ਲੈਣ, ਅਸੀਂ ਮਦਦ ਕਰ ਦਿਆਂਗੇ। ਉਹ ਤਾਂ ਚਲੋ ਲੋਕਾਂ ਦਾ ਜੋ ਉਹਨਾਂ ਨਾਲ ਸੀਗਾ, ਉਹਨਾਂ ਦੇ ਬੇਟੇ ਦੇ ਦੇਹਾਂਤ ਬਾਅਦ ਜੁੜ ਗਏ ਸੀਗੇ। ਪ੍ਰਧਾਨ ਸਾਹਿਬ ਦੀ ਇੰਟਰਸਟ ਛੱਡਾ, ਇੱਥੇ ਲੁਧਿਆਣੇ ਦੇ ਅੰਦਰ ਉੱਥੇ ਵੀ ਕਹਿ ਰਹੇ ਸੀਗੇ ਟਿਕਟ ਇਹਨਾਂ ਨੂੰ ਦੇ ਦੇਣੇ ਆ ਦੋਨਾਂ ਭਰਾਵਾਂ ਚੋਂ ਇੱਕ ਨੂੰ, ਤੇ ਬਿਨਾਂ ਸਿੰਬਲ ਦੇ ਹੱਥ ਦੇ ਸਿੰਬਲ ਦੇ ਲੜ ਲੈਣ ਅਸੀਂ ਮਦਦ ਕਰ ਦਿਆਂਗੇ। ਪਰ ਇਹਨਾਂ ਨੂੰ ਵੀ ਦੋਸ਼ ਨਹੀਂ ਸਾਹਿਬ, ਨਾ ਤਾਂ ਉਹਨਾਂ ਦੀ ਧਰਮ ਪਤਨੀ ਨੂੰ ਜਾਂ ਪ੍ਰਧਾਨ ਨੂੰ ਜਾਂ LOP ਨੂੰ। ਮੇਰੇ ਤਾਂ ਰੌਲਾ ਹੈ ਵੀ ਜਦੋਂ ਖੁਦ ਰਾਹੁਲ ਗਾਂਧੀ ਜੀ ਵਾਇਨਾਡ 'ਚ ਆਪਣਾ ਝੰਡਾ ਬਿਨਾਂ ਲੈ ਕੇ ਝੰਡੇ ਤੋਂ ਸ਼ਰਮ ਆਉਣ ਲੱਗੀ ਸਾਹਿਬ ਤੁਹਾਨੂੰ, ਵਾਇਨਾਡ ਜਿੱਥੋਂ ਜਾ ਕੇ ਇਲੈਕਸ਼ਨ ਲੜ ਰਹੇ ਕੇਰਲਾ 'ਚ ਰਾਹੁਲ ਗਾਂਧੀ ਜੀ, ਉੱਥੇ ਇਹਨਾਂ ਨੇ ਪਤਾ ਨਹੀਂ ਕਿਹੜੇ ਇਹਨਾਂ ਦੇ ਨਾਲ ਐਡਵਾਈਜ਼ਰ ਹੈ ਜਿਨ੍ਹਾਂ ਨੇ ਜਾ ਕੇ ਉੱਥੇ, ਅਜੇ ਵੀ ਆਏ ਅੰਬਿਕਾ ਸੋਨੀ ਜੀ ਅਤੇ ਆਲਾ ਦੁਆਲਾ ਜਿਹੜਾ ਹੈ ਉਹ ਹਰੀਸ਼ ਜਿਹੜੇ ਸੀਗੇ ਉਹਨਾਂ ਨੇ ਵੀ ਝੰਡਾ ਦਾ ਕੱਛ 'ਚ ਪਾ ਲਿਆ ਉਹਨਾਂ ਨੇ, ਅਤੇ ਰਾਹੁਲ ਗਾਂਧੀ ਜੀ ਬਿਨਾਂ ਝੰਡੇ ਦੇ ਜਾ ਕੇ ਦੇ ਕੇ ਆਏ। ਸਭ ਆ ਉਹ ਪੁਰਾਣੀ ਪਾਰਟੀ ਹੈ, ਅਸੂਲਾਂ ਵਾਲੀ ਪਾਰਟੀ ਹੈ। ਚੰਡੀਗੜ੍ਹ 'ਚ ਵੀ ਰੌਲਾ ਪੈ ਗਿਆ, ਕਾਫੀ ਅਸਤੀਫੇ ਹੋ ਗਏ, ਮਨੀਸ਼ ਤਿਵਾੜੀ ਨੂੰ ਟਿਕਟ ਮਿਲੀ ਹੈ, ਪਵਨ ਬਾਂਸਲ ਹੋਰਾਂ ਦੇ ਜਿਹੜੇ ਸਮਰਥਕ ਨੇ, ਮਨੀਸ਼ ਤਿਵਾੜੀ ਨੂੰ ਇੱਥੋਂ ਦੇ ਰਿਹਾ ਅਤੇ ਆਨੰਦਪੁਰ ਸਾਹਿਬ ਕਹਿੰਦੇ ਅੰਬਿਕਾ ਸੋਨੀ ਜੀ ਆ ਰਹੇ, ਕਿਉਂਕਿ ਪੁਰਾਣੇ ਉੱਥੋਂ ਰਹੇ ਨਾ। ਤੇ ਵੈਸੇ ਵੀ ਇਹਦਾ ਸੈਕੂਲਰ ਪਾਰਟੀ ਜਿਹੜੀ ਹੈ ਹਿੰਦੂ ਸਿੱਖ ਫੇਸ ਕਰਦੀ ਫਿਰਦੀ ਹੈ, ਤੇ ਉੱਥੇ ਮੈਨੂੰ ਲੱਗਦਾ ਹਿੰਦੂਆਂ ਦੀ ਬਹੁਤ ਵੱਡੇ ਲੀਡਰ ਹੈ ਅੰਬਿਕਾ ਸੋਨੀ ਜੀ, ਐਤਕੀ ਲੈ ਕੇ ਆ ਰਹੇ ਉੱਥੇ ਆਨੰਦਪੁਰ ਸਾਹਿਬ। ਡਾਕਟਰ ਸਾਹਿਬ ਇੱਕ ਤੁਸੀਂ ਨੰਗਲ ਗਏ ਸੀ, ਉੱਥੇ ਤੁਸੀਂ ਧਰਨੇ ਤੇ ਬੈਠੇ ਰਹੇ, ਬੜਾ ਰੌਲਾ ਪਿਆ ਹੋਇਆ, ਕਿਵੇਂ ਦੇਖਦੇ ਹੋ ਐਸੇ ਹਾਲਾਤਾਂ ਦੇ ਵਿੱਚ ਜਦੋਂ ਕਈ ਥਾਵਾਂ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ, ਤੁਸੀਂ ਜਾ ਕੇ ਪ੍ਰੋਟੈਸਟ ਕੀਤਾ ਉੱਥੇ? ਬਿਲਕੁਲ ਕੀਤਾ ਸਾਹਿਬ, ਆਹ ਕੋਈ ਨੋਰਮਲ ਕਿਲਿੰਗ ਹੈ ਨਹੀਂ ਸੀ। ਵੈਸੇ ਤਾਂ ਪੰਜਾਬ ਦੇ ਅੰਦਰ ਰੋਜ਼ ਖੋਹਾਂ, ਕਤਲ, ਲੁੱਟ, ਫਿਰੌਤੀਆਂ ਲਈ ਜਾ ਰਹੀਆਂ, ਦੈਟ ਇਜ਼ ਬਿਕਮ ਏ ਨਿਊ ਨੋਰਮਲ।
ਪਰ ਉਹ ਜਿਹੜਾ ਕੱਲ ਪਰਸੋਂ ਉੱਥੇ ਰਾਤ ਘਟਨਾ ਵਾਪਰੀ ਹੈ ਪਰਸੋਂ ਦੰਗਲ ਦੇ ਅੰਦਰ ਵਿਕਾਸ ਬੱਗਾ ਉਹਨਾਂ ਦੀ ਡੈਥ ਜਿਹੜੀ ਹੋਈ ਹੈ ਉਹ ਇਟ ਇਜ਼ ਅ ਟਾਰਗੇਟਿਡ ਕਿਲਿੰਗ ਸਰ ਇੱਕ ਮਿੱਥ ਕੇ ਉਹਨੂੰ ਮਾਰਿਆ ਗਿਆ ਇੱਕ ਪਰਟੀਕੁਲਰ ਪਰਪਜ਼ ਨਾਲ ਮਾਰਿਆ ਗਿਆ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਵਾਸਤੇ ਉਹ ਕੀਤਾ ਗਿਆ ਕਿਉਂਕਿ ਉਹਦੀ ਉਹ ਇੱਕ ਵਿਸ਼ਵ ਹਿੰਦੂ ਪਰਿਸ਼ਦ ਦਾ ਨੁਮਾਇੰਦਾ ਸੀਗਾ ਉਹ ਆਪਣੀ ਗੱਲ ਕਰਦਾ ਸੀਗਾ ਕਿਸੇ ਨੂੰ ਵੀ ਆਪਣੇ ਧਰਮ ਆਪਣੇ ਵਿਸ਼ਵਾਸ ਦੀ ਗੱਲ ਕਰਨ ਦਾ ਹੱਕ ਹੈ ਪਰ ਜਿਸ ਕਿਸਮ ਨਾਲ ਕੀਤਾ ਗਿਆ ਬਹੁਤ ਹੀ ਮੰਦਭਾਗਾ ਹੈ ਉਸ ਤੋਂ ਵੀ ਵੱਡਾ ਮੰਦਭਾਗਾ ਜਿਹੜਾ ਹੈ ਵੀ ਸਰਕਾਰ ਦਾ ਐਟੀਚਿਊਡ ਭਗਵੰਤ ਮਾਨ ਜੀ ਨੇ ਤਾਂ ਕੀ ਬੋਲਣਾ ਸੀਗਾ ਉੱਥੇ ਦੇ ਮੰਤਰੀ ਜੀ ਉੱਥੇ ਦੇ ਹੈ ਉਹ ਵੀ ਆ ਕੇ ਕਿਸੇ ਨੇ ਉਹਨਾਂ ਦਾ ਦੁੱਖ ਸਾਂਝਾ ਨਹੀਂ ਕੀਤਾ ਕਿਸੇ ਨੇ ਉਹਨਾਂ ਨੇ ਜਾ ਕੇ ਸਾਰ ਨਹੀਂ ਲਈ ਉੱਥੇ ਜਾ ਕੇ ਇਸ ਕਰਕੇ ਸੁਨੀਲ ਨੂੰ ਇੱਥੋਂ ਚੱਲ ਕੇ ਉੱਥੇ ਜਾਣਾ ਪਿਆ ਬੈਠ ਕੇ ਉਹਨਾਂ ਦੇ ਹੱਕ ਰਸੀ ਕਰਨ ਵਾਸਤੇ ਸਰਕਾਰ ਕੋਲ ਇੱਕੋ ਹੀ ਜਵਾਬ ਹੈ ਜੀ ਕੋਡ ਆਫ ਕੰਡਕਟ ਲੱਗਿਆ ਕੋਡ ਆਫ ਕੰਡਕਟ ਲੱਗਿਆ ਤਾਂ ਖੁੱਲ੍ਹੀ ਛੂਟ ਹੈ ਲੁਟੇਰਿਆਂ ਨੂੰ ਗੈਂਗਸਟਰਸ ਨੂੰ ਕੁਛ ਕਰੀ ਜਾਣ ਇਹ ਜਿਹੜੇ ਗਲਤ ਐਲੀਮੈਂਟ ਹੈ ਪੰਜਾਬ ਦੇ ਉੱਤੇ ਜਿਨ੍ਹਾਂ ਦੀ ਮਾੜੀ ਅੱਖ ਹੈ ਆਏ ਨੇ ਵੀ ਇਕੱਲੇ ਪਾਕਿਸਤਾਨ ਤੋਂ ਖਤਰਾ ਹੈ ਸਾਨੂੰ ਪੜੋਸੀ ਗੁਆਂਢੀ ਮੁਲਕਾਂ ਤੋਂ ਮੈਨੂੰ ਇੱਥੇ ਵਾਲੇ ਲੀਡਰਾਂ 'ਤੇ ਸ਼ੱਕ ਹੈ ਜਿਹੜੇ ਸੋ ਕਾਲਡ ਸੈਕੂਲਰ ਲੀਡਰ ਹੈ ਇਹ ਹੀ ਕਿਤੇ ਨਾ ਆਪਦੇ ਅੱਗ ਲਾਉਣ ਨੂੰ ਫਿਰਦੇ ਹੋਣ ਸੋ ਇਹਨਾਂ ਗੱਲਾਂ ਦੇ ਉੱਤੇ ਸਰਕਾਰ ਦਾ ਇੱਕ ਬੜਾ ਠੋਸ ਰਿਐਕਸ਼ਨ ਹੋਣਾ ਚਾਹੀਦਾ ਸੀਗਾ ਮੈਂ ਤਾਂ ਇਹਨਾਂ ਦੇ ਵੀ ਦੇਖ ਕੇ ਸੁੱਤੇ ਪਏ ਤੁਸੀਂ ਸੁਣਿਆ ਜੀ ਕਾਂਗਰਸ ਦੇ ਕਿਸੇ ਲੀਡਰ ਦੀ ਗੱਲ ਤੁਸੀਂ ਸੁਣਿਆ ਕਿਸੇ ਅਕਾਲੀ ਦੀ ਗੱਲ ਕਿਸੇ ਨੇ ਸੁਣਿਆ ਆਮ ਆਦਮੀ ਪਾਰਟੀ ਦੇ ਸਰਕਾਰ ਹੈ ਕਿਉਂਕਿ ਸੁਣੀ ਕਿ ਗੱਲ ਵੀ ਆ ਜੋ ਕੁਛ ਵੀ ਹੈ ਠੀਕ ਨਹੀਂ ਹੈ ਕਿਉਂ ਪੰਜਾਬ ਦੇ ਅੰਦਰ ਕੀਮਤ ਤਾਂ ਜਾਨ ਸਾਰਿਆਂ ਦੀ ਪੈਰੀ ਪਿਆਰੀ ਹੈ ਸਾਹਿਬ ਕਿਸੇ ਵੀ ਧਰਮ ਕਿਸੇ ਵੀ ਵਿਸ਼ਵਾਸ ਨਾਲ ਜੁੜਾ ਲੋਕ ਹੋਵੇ ਇਟ ਕੈਨ ਨਾਟ ਬੀ ਕਹਿੰਦੇ ਰੋਈ ਸੀ ਇੱਕ ਧੀ ਪੰਜਾਬ ਦੀ ਤਾਂ ਲਿਖ ਪਾਤੇ ਵਹਿਣ ਅਤੇ ਆਹ ਜਿਹੜੇ ਹੁਣ ਕੋਈ ਬੋਲਦਾ ਹੀ ਨਹੀਂ ਜਗਦੇਵ ਇਹਨਾਂ ਪੂਰੇ ਹਾਲਾਤਾਂ ਦੇ ਵਿੱਚ ਸਾਰੀ ਸਥਿਤੀ ਨੂੰ ਅਗਰ ਆਪਾਂ ਦੇਖ ਲਈਏ ਜਿਸ ਤਰ੍ਹਾਂ ਦੀ ਬੀਜੇਪੀ ਦੀ ਸਥਿਤੀ ਹੈ ਜਾਂ ਜਿਸ ਤਰ੍ਹਾਂ ਦੇ ਬਾਕੀ ਸਿਆਸੀ ਮਾਹੌਲ ਇਸ ਵੇਲੇ ਕਰੀਬ ਕਰੀਬ ਤਸਵੀਰ ਕਲੀਅਰ ਹੁੰਦੀ ਜਾ ਰਹੀ ਹੈ ਕਿੱਥੇ ਕੁ ਸਟੈਂਡ ਕਰਦੀ ਹੈ ਤੁਹਾਨੂੰ ਲੱਗਦਾ ਹੈ ਬੀਜੇਪੀ ਨੂੰ ਪੰਜਾਬ ਦੇ ਵਿੱਚ ਕਿਉਂਕਿ ਸਭ ਤੋਂ ਵੱਡਾ ਮੁੱਦਾ ਤਾਂ ਦੇਖੋ ਕਿਸਾਨੀ ਆਪਾਂ ਪਹਿਲਾਂ ਵੀ ਗੱਲ ਕੀਤੀ ਤੁਹਾਨੂੰ ਲੱਗਦਾ ਹੈ ਕਿ ਐਸੇ ਮਾਹੌਲ ਦੇ ਵਿੱਚ ਬੀਜੇਪੀ ਪੰਜਾਬ 'ਚ ਅੱਛੀ ਪਰਫਾਰਮੈਂਸ ਕਰ ਪਾਏ ਬਿਲਕੁਲ ਕਰੂਗੀ ਸਾਹਿਬ ਕਿਉਂਕਿ ਕਿਸਾਨਾਂ ਨੂੰ ਬਰਗਲਾਇਆ ਜਾ ਰਿਹਾ ਕੁਛ ਚੰਦ ਵੈਸਟਡ ਪਾਰਟੀਜ਼ ਨੇ ਕਿਸਾਨਾਂ ਨਾਲ ਗੱਲ ਕਰਾਂਗੇ ਸਾਹਿਬ ਅਸੀਂ ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਇਹਦਾ ਕੋਈ ਜਵਾਬ ਨਹੀਂ ਆਇਆ ਮੈਂ ਸੋ ਕਾਲਡ ਕਾਂਗਰਸੀ ਲੀਡਰਾਂ ਨੂੰ ਜਾਂ ਜਿਹੜੇ ਤੁਰੇ ਫਿਰਦੇ ਨਾਲ ਵੀਡੀਓ ਚੜਾਈ ਜਾਂਦੇ ਆ ਉਹਨਾਂ ਨੂੰ ਪੁੱਛਿਆ ਸੀ ਮੈਂ ਵੀ ਤੁਸੀਂ ਦੱਸੋ ਕਿਹੜੀ ਫਸਲ ਬੀਜੋਗੇ ਝੋਨਾ ਛੱਡੋਗੇ ਕਿਸੇ ਦਾ ਜਵਾਬ ਨਹੀਂ ਹੈ ਮੈਂ ਤਾਂ ਸਪੈਸੀਫਿਕਲੀ ਨਾਮ ਲੈ ਕੇ ਪੁੱਛਿਆ ਸੀਗਾ ਤ੍ਰਿਪਤ ਬਾਬੂ ਆਪਣੇ ਫਤਿਹ ਬਾਜਵਾ ਜੀ ਬੈਠੇ ਸੀ ਮੈਂ ਇਹਨਾਂ ਦੇ ਭਰਾ ਸਾਹਿਬ ਨੂੰ ਪੁੱਛ ਲਓ LOP ਨੂੰ ਪੁੱਛ ਲਓ ਵੀ ਕਿੰਨਾ ਝੋਨਾ ਛੱਡ ਕੇ ਤੁਸੀਂ ਕੋਈ ਹੋਰ ਬੀਜੋਗੇ ਮੂੰਗ ਲਾਓਗੇ ਤਾਂ ਦੱਸੋ ਮੂੰਗ ਦੀ ਦੇ ਦਿੰਦੇ ਹਾਂ ਹੋਰ ਕੋਈ ਦੱਸਣਾ ਜਵਾਬ ਦੇਖੋ ਗੱਲ ਕਰਨ ਨਾਲ ਮਸਲੇ ਦਾ ਹੱਲ ਨਿਕਲੂਗਾ ਤੁਸੀਂ ਮੈਂ ਨਾ ਮਾਨੂੰ ਸੁਣਨਾ ਹੀ ਨਹੀਂ ਇਹਨਾਂ ਦਾ ਤਾਂ ਕੋਈ ਹੱਲ ਨਹੀਂ ਅਸੀਂ ਗੱਲ ਕਰਾਂਗੇ ਸਾਹਿਬ ਅਸੀਂ ਦੇਖੋ ਉਹਨਾਂ ਦਾ ਤਕਲੀਫ ਹੈ ਕਿਸਾਨਾਂ ਦੀ ਉਹਦੇ ਮਸਲੇ ਦਾ ਹੱਲ ਕਰਨਾ ਬੈਠ ਕੇ ਹੱਲ ਹੋਊਗਾ ਸੋਚ ਕੇ ਡੂੰਘਿਆਈ ਨਾਲ ਉਹਦੀ ਗਹਿਰਾਈ 'ਚ ਜਾ ਕੇ ਸਮੱਸਿਆ ਕੀ ਹੈ ਐਵੇਂ ਨਹੀਂ ਵੀ ਕਿਸੇ ਇੱਕ ਬੰਦੇ ਨੇ ਕਹਿ ਦਿੱਤਾ ਜੀ ਮੈਂ ਤਾਂ ਆਹ ਲੈਣਾ ਹੱਕ ਬਣਦਾ ਬਿਲਕੁਲ ਮਿਲੂਗਾ ਤਾਂ ਸੁਨੀਲ ਕੁਮਾਰ ਜਾਖੜ ਹੋਣੀ ਸਭ ਤੌਰ 'ਤੇ ਕਿਉਂਕਿ ਪੰਜਾਬ ਦੇ 'ਚ ਇਸ ਵੇਲੇ ਬੀਜੇਪੀ ਨੂੰ ਸਭ ਤੋਂ ਵੱਡਾ ਅਗਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉਹ ਕਿਸਾਨ ਜਥੇਬੰਦੀਆਂ ਦਾ ਪਰ ਸਭ ਤੌਰ 'ਤੇ ਕਹਿੰਦੇ ਨੇ ਮੈਂ ਖੁਦ ਇੱਕ ਕਿਸਾਨ ਹਾਂ ਕਿਸਾਨਾਂ ਦੇ ਨਾਲ ਗੱਲ ਕਰਾਂਗੇ ਮਸਲੇ ਦਾ ਹੱਲ ਕਰਾਂਗੇ